ਜਿਸ ਵਿੱਚ ਇਮਾਮ ਜ਼ਮਾਨਾ ਦੀ ਦੁਆ ਨਾ ਮੰਗੀ ਵਜੂ। ਕਿਉਂਕਿ ਮੇਰੇ ਮੌਲਾ ਆਪ ਫਰਮਾਉਂਦੇ ਨੇ ਵੀ ਜਿਹੜਾ ਬੰਦਾ ਉਸ ਦੁਨੀਆਂ 'ਤੇ ਮੇਰੀ ਇੰਤਜ਼ਾਰ ਕਰਦੇ 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 ਦੁਨੀਆ 'ਚ ਟੁਰ ਗਿਆ, ਬਰੋਜ਼ ਮਾਸ਼ਰ ਮੈਂ ਬਾਹਰਵਾਂ ਉਹਦੀ ਇੰਤਜ਼ਾਰ 'ਚ ਉਸ ਮੌਲਾ ਜ਼ਿੰਦਗੀ ਦਰਾਜ਼ ਫਰਮਾਵੇ ਤੁਹਾਡੀ, ਮੌਲਾ ਹੁਸੈਨ ਤੁਹਾਨੂੰ ਸਲਾਮਤ ਰੱਖੇ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਤੋ ਰਲ ਕੇ ਇਮਾਮ ਜ਼ਮਾਨਾ ਦੇ ਦਰਬਾਰ 'ਚ ਰਲ ਕੇ ਦੁਆ ਨਾ ਮੰਗੀਏ ਜੀ। ਕਿਵੇਂ ਗੱਲ ਹੈ ਭਾਈ ਚਾਚਾ, ਸਾਰੇ ਰਲ ਕੇ ਇਮਾਮ ਜ਼ਮਾਨੇ ਦੀ ਦੁਆ ਨਾ ਮੰਗਾਏ ਚ। ਬਾਰਵਾਂ ਮੌਲਾ ਨਾਨੇ ਦਾ ਚਿਹਰਾ ਵੇਖਾ, ਬਾਰਵਾਂ ਮੌਲਾ ਨਾਨੇ ਦਾ ਚਿਹਰਾ ਵੇਖਾ, ਬਾਰਵਾਂ ਮੌਲਾ ਨਾਨੇ ਦਾ ਚਿਹਰਾ ਵੇਖਾ, ਬਾਰਵਾ 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 ਮੌਲਾ ਨਾਨੇ ਦਾ ਚਿਹਰਾ ਵੇਖਾ, ਮੌਲਾ ਤੇਰੇ ਆਣ ਦੇ, ਮੌਲਾ ਤੇਰੇ ਆਣ ਦੇ, ਰਾਜ਼ੀ ਵੀ ਮੰਗਦਾ ਦੁਆ, ਬਾਰਵਾ ਮੌਲਾ ਸਲਾਮਤ ਰਹੋ, ਬਿਸਮਿਲ੍ਲਾ ਕਰੋ, ਮੈਂ ਬਿਸਮਿਲ੍ਲਾ ਕਰਾਂ, ਮੌਲਾ ਤੁਹਾਨੂੰ ਸਲਾਮਤ ਰੱਖੇ। ਨਜ਼ਰ ਭਾਈ ਜ਼ਿੰਦਗੀ ਦਰਾਜ਼ ਹੋ, 14 ਮਾਰਚ ਇਨਸ਼ਾਅੱਲਾ ਜ਼ਿੰਦਗੀ ਜ਼ਰੂਰ ਪੜਸੂ। ਪਾਕ ਇਮਾਮ ਹੁਸੈਨ ਬਾਦਸ਼ਾਹ ਲੰਘ ਰਿਹਾ, ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਜ਼ਿੰਦਗੀ ਦਰਾਜ਼ ਹੋਵੇ। ਇਮਾਮ ਜ਼ਮਾਨਾ ਦੀ ਹਰ ਬੰਦਾ ਦੁਆ ਮੰਗਦਾ ਹੈ ਭਾਈ ਜਾਨ, ਹਰ ਇਬਾਦਤ ਤੋਂ ਪਹਿਲੇ, ਹਰ ਇਬਾਦਤ ਦੇ ਬਾਅਦ। ਸਾਡਾ ਤਾਂ ਅਕੀਦਾ ਹੈ ਸਾਡੀ ਉਹ ਇਬਾਦਤ ਇਬਾਦਤ ਹੀ ਨਹੀਂ ਜਿਸ ਵਿੱਚ ਇਮਾਮ ਜ਼ਮਾਨਾ ਦੀ ਦੁਆ ਨਾ ਮੰਗੀ। ਅਸਾਂ ਹੁਸੈਨ ਬਾਦਸ਼ਾਹ ਦੇ ਨੌਕਰ ਆਏ ਤੇ ਬੜਾ ਅਰਸਾ ਹੋ ਗਿਆ ਹੁਸੈਨ ਬਾਦਸ਼ਾਹ ਦੀ ਨੌਕਰੀ ਕਰੇ ਦੇ। ਸਾਡੀ ਵੀ ਤਾਂ ਹਰ ਬੰਦੇ ਦੀ ਇਹ ਕਸਰਤ ਹੈ ਨਾ, ਇਮਾਮ ਜ਼ਮਾਨਾ ਆਸਨ ਤੇ ਮੇਰੇ ਮੌਲਾ ਦੇ ਨਾਲ ਫੌਜ ਕਿਤਨੀ ਉਹ ਸੀ, ਨਿਜ਼ਾਮ ਕਿਹੋ ਜਿਹਾ ਸੀ। ਮੈਂ ਜੀ ਸਾਈਆਂ ਦਾ ਨੌਕਰ ਹਾਂ, ਬਾਬਾ ਜੀ ਮੇਰੀ ਕਿਹੜੀ ਅਸਰਤ ਹੋਣੀ ਚਾਹੀਦੀ ਹੈ? ਆਲਾ ਲੈ ਇਮਰਾਨ ਦੇ ਕਾਬਾ ਤੇ ਆਜ਼ਾਨ ਦੇ, ਜ਼ਿੰਦਗੀ ਦਰਾਜ਼ ਹੋਵੇ ਭਾਈ ਤੁਹਾਡੀ, ਸਲਾਮਤ ਰਹੋ ਭਾਈ, ਸਲਾਮਤ ਰਹੋ ਭਾਈ, ਸਲਾਮਤ ਰਹੋ ਭਾਈ। ਆਲਾ ਲੈ ਇਮਰਾਨ ਦੇ ਕਾਬਾ ਤੇ ਆਜ਼ਾਨ ਦੇ, ਨਬੀਆਂ ਦੇ ਸੁਲਤਾਨ ਦੇ, ਆ ਬਣ ਕੇ ਸਾਲਾਰ ਤੂੰ, ਆ ਬਣ ਕੇ ਸਾਲਾਰ ਤੂੰ, ਕਾਬੇ ਚ ਮਾਤਮ ਕਰਾ, ਆ ਬਰਵਾ ਮੌਲਾ ਨਾਨੇ ਦਾ ਚਿਹਰਾ ਵੇਖਾ। ਜ਼ਿੰਦਗੀ ਦਰਾਜ਼ ਹੋ ਭਾਈ ਤੁਹਾਡੀ, ਮੌਲਾ ਤੁਹਾਨੂੰ ਸਲਾਮਤ ਰੱਖੇ। ਬਾਬਾ ਜੀ 5 ਸਾਲ ਹੋ ਗਏ ਹੁਸੈਨ ਬਾਦਸ਼ਾਹ ਦੀ ਨੌਕਰੀ ਕਰਦੇ, ਬੜੀਆਂ ਬੜੀਆਂ ਕਿਤਾਬਾਂ ਦਾ ਮੁਤਾਲਾ ਕੀਤਾ, ਕੁਰਾਨ ਦੀਆਂ ਤਫਸੀਰਾਂ ਪੜ੍ਹੀਆਂ, ਸਾਨੂੰ ਮਿਲੀ ਕਿਹੜੀ ਸ਼ਾਹ ਹੈ? ਸੱਚ ਆਉਣਾ ਤੇ ਮੇਰੇ ਪਾਸੇ ਇੱਕ ਬਾਈ ਪੜ੍ਹ ਪੜ੍ਹ ਕੇ ਕੁਰਾਨ ਸਲਾਮਤ ਰਹੋ ਭਾਈ, ਸਲਾਮਤ ਰਹੋ ਭਾਈ।
سے پڑھا جد
ਘਰ ਗਾਂਦੇ ਦਾ ਅਲਮ ਆਉਂਦਾ ਹੈ, ਉਹ ਤਾਂ ਮੇਰੇ ਰੱਬ ਦਾ ਕਲਮ ਆਉਂਦਾ ਹੈ। ਖੁਸ਼ੀ ਹੁੰਦੇ ਖਤਮਾਂ ਤੇ ਖਾਕ ਚੁੰਮਦੀ, ਦੂਰ ਹੁੰਦਾ ਘਰ ਕੋਲੂ ਗਾਮੇ ਹੁੰਦਾ ਹੈ। ਖੁਸ਼ੀ ਹੁੰਦੇ ਖਤਮਾਂ ਤੇ ਖਾਕ ਚੁੰਮਦੀ, ਦੂਰ ਹੁੰਦਾ ਘਰ ਕੋਲੂ ਗਾਮੇ ਹੁੰਦਾ ਹੈ। ਖੁਸ਼ੀ ਹੁੰਦੇ ਤੇ ਬੀਬੀ ਬਤੂਲ ਹੋਵੇ, ਰਾਜ਼ੀ ਅੱਲਾਹ ਤੇ ਅੱਲਾਹ ਦੇ ਰਸੂਲ ਹੋਵੇ। ਖੁਸ਼ੀ ਹੁੰਦੇ ਤੇ ਬੀਬੀ ਬਤੂਲ ਹੋਵੇ, ਰਾਜ਼ੀ ਅੱਲਾਹ ਤੇ ਅੱਲਾਹ ਦੇ ਰਸੂਲ ਹੋਵੇ। ਜਿਹੜਾ ਅੱਲਾਹ ਮੇ ਅੱਬਾਸ ਦਲਾਵੇ, ਉਹ ਸ਼ਲਾ ਵਸਦਾਰ ਹੈ, ਉਹ ਸ਼ਲਾ ਵਸਦਾਰ। ਬਿਸਮਿਲ੍ਲਾ ਭਾਈ, ਬਿਸਮਿਲ੍ਲਾ ਭਾਈ, ਜ਼ਿੰਦਗੀ ਹੋਵੇ ਭਾਈ, ਜ਼ਿੰਦਗੀ ਹੋਵੇ ਭਾਈ, ਸਲਾਮਤ ਰਹੋ ਭਾਈ। ਸਲਾਮ ਜੀ, ਜੀ ਨੌਕਰਾ ਬਾਬਾ, ਜੀ ਨੌਕਰਾ, ਜੀ ਨੌਕਰਾ, ਜੀ ਨੌਕਰਾ। ਜਦੇ ਘਰ ਖਾਦੀ ਦਾ ਅਲਮ ਆਉਂਦਾ ਹੈ, ਉੱਥੇ ਮੇਰੇ ਰੱਬ ਦਾ ਕਲਮ ਆਉਂਦਾ ਹੈ। ਜਦੇ ਘਰ ਖਾਦੀ ਦਾ ਅਲਮ ਆਉਂਦਾ ਹੈ, ਉੱਥੇ ਮੇਰੇ ਰੱਬ ਦਾ ਕਲਮ ਆਉਂਦਾ ਹੈ। ਖੁਸ਼ੀ ਹੁੰਦੇ ਕਦੇ ਮੰਜ ਖਾਕ ਚੁੰਮਦੀ, ਦੂਰ ਹੁੰਦਾ ਘਰ ਕੋਲੂ ਗਾਮੇ ਹੁੰਦਾ ਹੈ। ਖੁਸ਼ੀ ਹੁੰਦੇ ਕਦੇ ਮੰਜ ਖਾਕ ਚੁੰਮਦੀ, ਦੂਰ ਹੁੰਦਾ ਘਰ ਕੋਲੂ ਗਾਮੇ ਹੁੰਦਾ ਹੈ। ਖੁਸ਼ੀ ਹੁੰਦੇ ਤੇ ਬੀਬੀ ਬਤੂਲ ਹੋਵੇ, ਰਾਜ਼ੀ ਅੱਲਾਹ ਤੇ ਅੱਲਾਹ ਦੇ ਰਸੂਲ ਹੋਵੇ। ਖੁਸ਼ੀ ਹੁੰਦੇ ਤੇ ਬੀਬੀ ਬਤੂਲ ਹੋਵੇ, ਰਾਜ਼ੀ ਅੱਲਾਹ ਤੇ ਅੱਲਾਹ ਦੇ ਰਸੂਲ ਹੋਵੇ। ਜ਼ਿੰਦਗੀ ਹੋਵੇ ਬਾਈ, ਸਲਾਮਤ ਰਹੋ ਬਾਈ, ਸਲਾਮਤ ਰਹੋ ਬਾਈ, ਸਲਾਮਤ ਰਹੋ ਬਾਈ, ਜ਼ਿੰਦਗੀ ਦਰਾਜ਼ ਹੋਵੇ ਬਾਈ। ਜਿਹੜਾ ਮੈਂ ਹੁਣ ਸ਼ੇਰ ਬਣਾਉਣ ਲੱਗਾ ਨਾ, ਬਾਬਾ ਜੀ ਬਹੁਤ ਬੜਾ ਸ਼ੇਰ ਪੜਨ ਲੱਗੇ। ਅੱਜ ਦਾ ਮੁਸਲਮਾਨਾਂ ਦਾ ਇਹ ਜਿਹੜੇ ਸ਼ੀਆਂ ਦੇ ਜ਼ਾਕਰ ਵਧਣ ਨਾ, ਤੇ ਇਹ ਮਲੰਗ ਤੇ ਇਹ ਅਲੀ ਦੀਆਂ ਤਾਰੀਫਾਂ ਇਤਨੀਆਂ ਕਰੇ ਦੇਣ, ਇਹ ਅੱਲਾ ਨਾਲ ਮੰਜ ਮਿਲੇ ਦੇਣ। ਉਹ ਕਮਲੀ ਮਾਂ ਦੇ ਪੁੱਤਰ, ਅਸਾਂ ਕੋਈ ਡਾਇਰੈਕਟ ਅਲੀ ਨੂੰ ਮੰਨੇ, ਅਸਾਂ ਤਾਂ ਨਬੀ ਦੇ ਆਖਣ ਦੇ ਅਲੀ ਨੂੰ ਮੰਨੇ। ਜਿਵੇਂ ਸਾਨੂੰ ਨਬੀ ਦੱਸਿਆ ਹੈ, ਅਸਾਂ ਉਂਝ ਮੰਨਿਆ ਹੈ। ਆ ਤੈਨੂੰ ਦੱਸਦੇ ਆ, ਹਸਨੈਨ ਦੇ ਬਾਬੇ ਨੂੰ ਅਸਾਂ ਕਿਵੇਂ ਮੰਨਦੇ ਆ। ਸੁਣ ਬੰਦੇ ਆ, ਤੂੰ ਸਾਡੀ ਜਾਨ ਹੈ ਅਲੀ, ਸਾਡਾ ਕਲਮਾ ਸਾਡੀ ਅਜ਼ਾਨ ਹੈ ਅਲੀ। ਮੌਲਾ ਜ਼ਿੰਦਗੀ ਕਰੀ ਇਮਾਮ ਹੁਸੈਨ ਬਾਦਸ਼ਾਹ ਤੋਂ ਲੰਘ ਲਾਵੇ ਭਾਈ ਸਾਹਿਬ ਰਾਜ਼ੀ। ਇੱਕ ਕਸੀਦਾ ਹੋਰ ਪੜਾ। ਅੱਛਾ ਚਲੋ, ਇੱਕ ਕਸੀਦਾ ਭਾਈ ਦਾ ਬਾਰ ਬਾਰ ਹੁਕਮ ਹੈ ਜਨਾਬ ਸੈਯਦਾ ਦੀ ਅਜ਼ਮਤ ਉਹ ਲਾਜ਼ਮੀ ਪੜਨਾ। ਅੱਲਾਹੁਮਾ ਏ ਪੜਦਾ ਪਿਆ ਕਸੀਦਾ ਮੇਰਾ ਮਾਜ ਸੈਯਦਾ ਹੈ, ਪੜਦਾ ਪਿਆ ਕਸੀਦਾ ਮੇਰਾ ਮਾਜ ਸੈਯਦਾ ਹੈ, ਪੜਦਾ ਪਿਆ ਕਸੀਦਾ ਮੇਰਾ ਮਾਜ ਸੈਯਦਾ ਪੜਦਾ ਪਿਆ ਕਸੀਦਾ ਮੇਰਾ ਮੌਜ ਸੈਯਦਾ ਪੜਦਾ ਪਿਆ ਕਸੀਦਾ ਮੇਰਾ ਮੌਜ ਸੈਯਦਾ ਪੜਦਾ ਪਿਆ ਕਸੀਦਾ ਮੇਰਾ
ترتیب ددا ہے زندگی دراز ہوئے بھائی سلامت رہو بھائی سلامت رہو بھائی آج دم مسلمان دو گلاں بڑیاں کریندا ہے بھاویں ویڑے تے ودو ہوئے بھاویں چولے تے بیٹھو ہوئے بھاویں کدے ڈیرے تے ودو ہوئے اج کل شادیاں دا موسم ہی تے ہے نا بڑیاں تھیندیاں پیاں ویڑے چ بیٹھ کے چولے تے بیٹھ کے گل ہی کریندا ہے بے جوڑے عرشاں تے بن دے او کملی ماں دے پوتراں عرشاں تے جوڑا صرف علی او بتول دا بنیا ہے سادے نہیں بن دے زندگی دراں تو میں علامہ صاحب تو جی گل کریندا ہے جنت ماں دے قدماں دے تلے آ میں تے نساں او جنت کیا ہے او ماں کڑی ہے بھائی جنت دے مالک دی جنت نبی دی تھی ہے شاباش 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 سلامت رہو بھائی او جنت دے مالک دی جنت نبی دی تھی ہے جنت دے مالک جنت نبی دے دے شہر میاں کوئی نہیں شیر خدا ابھی ہے شہر میاں کوئی نہیں شیر خدا ابھی ہے ستا ہے راجما دے ستا ہے راجما دے یار امام زاد ہے سلامت رہو بھائی سلامت رہو بھائی سلامت رہو بھائی ازل تو سنی اور شیعہ دا ایو اختلاف ہاندا پیا ہے او ادر محمد دی چار دیاں اساں نے ایک دی پریشان ہو گئے بولو تو صحیح نہیں پر چوندا ہی زندگی دراز ہوے ہاں سلامت رہو بھائی او چار ادر اساں ایک آ دے ہیں آم میں تین سبو دے میں ہکی میں ناوے جم باہلا دے ناہر کی سادے اندر شاباد 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 سلامت رہو بھئی ناوے جم باہلا دے ناہر کی سادے اندر نہ کہیں دا تذکر آئے آل عباد اندر رب دی ہاتھ نہیں ਮਤੀਆਂ ਸੋ ਰੱਬ ਦੀ ਉਹਦੀ ਧੀ ਤੇ ਹੱਥ ਨਹੀਂ ਚਾਹ
سلمان تو ورسول دی تھی کو کیوں ویچ دربار کھڑایا اور یدی تائی جیدی ماں آل یدی نئی ہاتھ باسے تو کیتا تحق سوالے ہو گئے سفید والے سفید والے ٹکڑے سنج دے چون کے گن گئی بطول مالے ٹکڑے سنج دے چون کے گن گئی بطول مالے مانا لے رو دنے گئے مانا لے رو دنے گئے حسنین جرگوا مومن محمد دی تھی دا دکھ سن کروں دا چاہی ازان زمانے تے اوکھیاں یان دو مستوراں اوکھیاں سنیاں مبالی علی سین ہے کزان سنیاں ملکہ شام ترائے سنیاں جڑی مبالی علی سنیاں جدا مدینے دیا گلیاں چلان ہویا محمد بلال واللہ جیڈی زخمیاں تلیاں ٹیک مسلح تو اٹھی حسنین موسرے کیا دیے جلدی ونیو نان بلال آکھو آزار سڑا شہن راضی ہوئی بھائی حسین دیمار راضی ہوئی بھائی بلال گل دست آزان تا سوار ہویا آزان شروع کیتی جدہ بلال آکے اشہاد ونہ محمد الرسول اللہ اجہ محمد گوائی دا فکر نئی مکہ حسنین دیا چوٹیاں ہوا ہے چھوٹ دیا دیا پہرے نلین کوئی نہیں آجن حالی آزان دے ساڑی ماں دیا مٹھی گھٹی جلک آدھی بیٹی بابا تیری آزان نو دیا بیان زخمی دی 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 و دی شرم کر کے یار کیوں رون دے بیٹھے ہو آزان دے بعد روکیا دیا بنیو میری شفا مست دعا مانگو دعائیں پھران نانے دی زریتیاں زاکر پڑھ دن حسنین دعا منگیے حسین آدھا ایک بری دعا نہ منگے میں نانے نال کئی گال کرنیے ساتھوں میں ملاک نانے دی زریت رکھے آدھے تو ستا دیا ہے مدینہ میرا نگری جو تیری دسا تیری نگری جو میری ماں زخمی کیوں میری ماں دی زخمی ہے سچے ہاتھ نہ تسبیح نہیں پائی ایک وین سنانا تو انہوں آدھی یا علی میں سنیا ہے مدینے دے لوگ تینوں سلام نہیں کریں دے علی رو کیا دن بطول تو سلام آدھی ہیں میں سلام کریں دے اور جواب نہیں دیں دے واہ بھائی واہ واہ بھائی واہ واہ بھائی واہ حسین راضی ہوئی بھائی حسین دی نہ راضی ہوئی رو کیا دی بیٹھے یا علی او بندے جنازے نہ جنہ میرا محسن شہید کیتا او بندے جنازے نہ جنہ میرا دروازہ جلایا یا علی میرے بعد شادی کریں علی آدھن حسنین جے پوترین شادی ضروری تو نہیں روکیا دیا یا علی جانتا تھے میرا بھرا کوئی نہیں مسلمان آمینو دروازے تھے مارے آئے میرے بعد شادی کریں میں چاہتیاں میری آتھیاں دے دیر بھرا ہو سکتے میرے بعد مسلمان میری آتھیاں نو مارے قین
ਨਾ ਜਿਹੜਾ ਬੰਦਾ ਹੀ ਗਰੀਬ ਹੋਵੇ ਨਾ ਤੇ ਮਰ ਜਾਵੇ ਹੁਸੈਨ ਦੀ ਇੱਜ਼ਤ ਦੀ ਕਸਮ ਉਹਦਾ ਐਲਾਨ ਜ਼ਰੂਰ ਆਉਂਦਾ ਹੈ ਵੈਦ ਮੁਹੰਮਦ ਦੀ ਧੀ ਹੈ ਜਿਹੜੀ ਦੁਨੀਆਂ ਤੋਂ ਟੁਰੀ ਹੈ ਤੇ ਐਲਾਨ ਹੀ ਕੋਈ ਨਹੀਂ ਆਇਆ ਰੋਂਦੀ ਬੈਠੀ ਹੈ ਤੇ ਰੋ ਰੋ ਕੇ ਆਦੀ ਬੈਠੀ ਹੈ ਯਾ ਅਲੀ ਮੈਨੂੰ ਉੱਠ ਦੇ ਪੈਕ ਜਨਾਜ਼ੇ ਦਾ ਐਲਾਨ ਨਾ ਤੂੰ ਕਰਵਾਵੇਂ ਮੈਂ ਮਈਅਤ ਰਾਤ ਪੁਚਾਵੇਂ ਹੈ ਮੈਨੂੰ ਉੱਠ ਦੇ ਪੈਕ ਜਨਾਜ਼ੇ ਦਾ ਐਲਾਨ ਨਾ ਤੂੰ ਕਰਵਾਵੇਂ ਮੈਂ ਮਈਅਤ ਰਾਤ ਪੁਚਾਵੇਂ ਹੈ ਮਦ ਕਬਰ ਮਜੀ ਪਾਮਾਲ ਕਰੇ ਚੱਲ ਕਬਰ ਅੱਜ ਰਾਤ ਮੇਰੀ ਅੱਖ ਲੱਗੀ ਹੈ ਮੈਂ ਖਾਬ ਡਿੱਠਾ ਹੈ ਅਲੀਆ ਦਾ ਕਿਹੜਾ ਖਾਬ ਡਿੱਠਾ ਹੈ ਰੁਨੀ ਬਤੂਲ ਦਰੋ ਕਿਆ ਦੀ ਹੈ ਮੈਂ ਖਾਬ ਮੇਰਾ ਖਾਲਕ ਮਾਲਕ ਜਿਤਨੇ ਮੋਮਿਨ ਮੋਮਨਾ ਟੁੜਕਣ ਦਾ ਟੁੱਟ ਰਹੇ ਮਨਜ਼ੂਰ ਫਰਮਾ ਮੇਰਾ ਖਾਲਕ ਮਾਲਕ ਜੋ ਮੋਮਨ ਬਿਮਾਰ ਹਨ ਜੋ ਮੋਮਨ ਬਿਮਾਰ ਹਨ ਬਿਮਾਰ ਕਰਬਲਾ ਦਾ ਸਦਕਾ ਮੌਲਾ ਉਹਨਾਂ ਨੂੰ ਸਿਹਤ ਕਾਬਲਾ ਸ਼ਿਫਾ ਅਤਾ ਫਰਮਾ ਜੋ ਮੋਮਨ ਬੇ ਔਲਾਦ ਹਨ ਸਦਕਾ ਸਹਿਣ ਦੀ ਉਜੜੀ ਝੋਲੀ ਦਾ ਉਹਨਾਂ ਔਲਾਦ ਨਰੀਨ ਅਤਾ ਫਰਮਾ ਮੇਰਾ ਖਾਲਕ ਮਾਲਕ ਜਿੰਨਾ ਮੋਮਨਾ ਆਜ਼ਾਦਾਰਾਂ ਇਮਾਮ ਹੁਸੈਨ ਦੇ ਨਾਂ 'ਤੇ ਨਿਆਲ ਦਿੱਤੀ ਹੈ ਮੌਲਾ ਨੂੰ ਵਸੀ ਰਜ਼ਕ ਅਤਾ ਫਰਮਾ ਜਿਸ ਕਿਸਮ ਦੇ ਇਤਾਮ ਉਹਨਾਂ ਫਰਮਾਇਆ ਨੇ ਮੌਲਾ ਉਹਨਾਂ ਦਾ ਕਬੂਲ ਫਰਮਾਵੇ ਇਸ ਦੇ ਬਦਲੇ ਮੌਲਾ ਉਹਨਾਂ ਨੂੰ ਵਸੀ ਰਜ਼ਕ ਅਤਾ ਫਰਮਾਵੇ ਜ਼ਫਰ ਭਾਈ ਦੀ ਰਿਜ਼ਕ ਇਜ਼ਾਫਾ ਫਰਮਾਵੇ ਮੌਲਾ ਹਰ ਮੋਮਿਨ ਮਵਾਲੀ ਦੀ ਨੇਕ ਦੁਆ ਨੇਕ ਤਮੰਨਾ ਨੇਕ ਹਸਰਤ ਆਪਣੀ ਬਾਰਗਾਹ ਵਿੱਚ ਮਨਜ਼ੂਰ ਫਰਮਾਵੇ ਮੋਮਨਾਂ ਦੇ ਬੱਚਿਆਂ ਦੇ ਮੌਲਾ ਹੁਸੈਨ ਦੇ ਪੁੱਤਰਾਂ ਦਾ ਸਦਕਾ ਉਹਨਾਂ ਦੀ ਇਮਾਮ ਹੁਸੈਨ ਦੇ ਪੁੱਤਰਾਂ ਦਾ ਸਦਕਾ ਉਹਨਾਂ ਦੀ ਜ਼ਿੰਦਗੀ ਇਤਰਾਜ਼ ਫਰਮਾਉਣ ਮੇਰਾ ਖਾਲਕ ਮਾਲਕ ਹਰ ਮੋਮਿਨ ਮਵਾਲੀ ਨੂੰ ਹਰ ਤਕਲੀਫ ਪਰੇਸ਼ਾਨੀ ਤੋਂ ਮਹਿਫੂਜ਼ ਫਰਮਾਉਣ ਇਮਾਮ ਹੁਸੈਨ ਦੇ ਸਦਕੇ ਹਰ ਮੋਮਿਨ ਮਵਾਲੀ ਨੂੰ ਹੱਜ ਉਹ ਜ਼ਿਆਨਾਤ ਨਸੀਬ ਫਰਮਾਉਣ ਮੇਰਾ ਖਾਲਕ ਮਾਲਕ ਆਲ ਮੁਹੰਮਦ ਦੀ ਅਜ਼ਮਤ